ਜਿੱਦਾਂ ਕਿ ਸਾਰਿਆਂ ਨੂੰ ਪਤਾ ਕਿ ਪੰਜਾਬ ਅੰਦਰ ਜਿੰਨੀਆਂ ਵੀ ਖਾਲੀ ਪਈਆਂ ਵੈਕੈਂਸੀਆਂ ਜੀ ਉਹਨਾਂ ਦਾ ਨੋਟੀਫਿਕੇਸ਼ਨ ਦਿੱਤਾ ਜਾ ਰਿਹਾ ਕਿ ਇੰਨੀਆਂ ਵੈਕੈਂਸੀਆਂ ਸਾਡੇ ਖਾਲੀ ਪਈਆਂ ਨੇ ਅਤੇ ਉਹਦੇ ਰਿਗਾਰਡਿੰਗ ਹੀ ਅੱਗੇ ਫਿਰ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੋਊਗਾ ਜੀ। ਅਤੇ ਪਸ਼ੂ ਪਾਲਣ ਮਤਲਬ ਕਿ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਿੱਚ ਮਤਲਬ ਕਿ ਗਰੁੱਪ ਏ ਬੀ ਸੀ ਦੀਆਂ ਵੈਕੈਂਸੀਆਂ ਜੀ ਟੋਟਲ 218 ਇਹਦੀ ਵੈਕੈਂਸੀ ਆ ਰਹੀ ਆ ਜੀ। ਅਤੇ ਇਹਨਾਂ ਦੀ ਸੰਬੰਧਿਤ ਜਿਹੜੀ ਸੂਚਨਾ ਵੈਬਸਾਈਟ 'ਤੇ ਮਿਲ ਜਾਊਗੀ ਜਿਹੜੀ ਇਹਨਾਂ ਨਾਲ ਸੰਬੰਧਿਤ ਹੈਗੀ ਆ ਜੀ। ਅਤੇ ਨਾਲ ਹੀ ਇੱਕ ਹੋਰ ਆ ਜੀ ਐਨੀਮਲ ਹਸਬੈਂਡਰੀ ਡੇਅਰੀ ਡਿਵੈਲਪਮੈਂਟ ਫਿਸ਼ਰ ਜਿਹੜੀ ਹੈਗੀ ਆ ਜੀ ਇਹਦੀ ਵੀ ਵੈਕੈਂਸੀਆਂ ਜੀ 218। ਤੁਹਾਨੂੰ ਪੂਰਾ ਇਹਦਾ ਦੱਸਿਆ ਜੀ 67, 17, 134 ਮਤਲਬ ਕਿ ਇੱਕ ਗਰੁੱਪ ਸੀ ਦੀਆਂ ਕਿੰਨੀਆਂ, ਏ ਦੀਆਂ ਕਿੰਨੀਆਂ, ਬੀ ਦੀਆਂ ਕਿੰਨੀਆਂ ਜੀ, ਉਹ ਵੈਕੈਂਸੀਆਂ ਦੀ ਵੰਡ ਕੀਤੀ ਗਈ ਆ ਜੀ। ਅਤੇ ਇਹਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਜਲਦ ਪੀਟਰ ਪਲੱਸ ਵੀ ਦੀ ਸਾਈਟ 'ਤੇ ਮਿਲ ਜੂਗਾ ਜੀ। ਅਤੇ ਗਰੁੱਪ ਏ ਦੀ ਜਿਹੜੀ ਵੈਕੈਂਸੀ ਆਊਗੀ ਜੀ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਆਊਗੀ ਜੀ, ਕਿਉਂਕਿ ਏ ਅਤੇ ਬੀ ਦੀਆਂ ਜਿੰਨੀਆਂ ਵੀ ਜਿਹੜੀਆਂ ਪੋਸਟਾਂ ਨੇ ਉਹ ਪੀਟਰ ਪਲੱਸ ਬੀ ਨੂੰ ਨਹੀਂ ਦਿੱਤੀਆਂ ਗਈਆਂ, ਉਹ ਪੀ ਪੀ ਐੱਸ ਸੀ ਨੂੰ ਦਿੱਤੀਆਂ ਗਈਆਂ ਨੇ। ਅਤੇ ਟ੍ਰਿਪਲ ਐੱਸ ਬੀ ਨੂੰ ਸੀ ਅਤੇ ਡੀ ਦੀ ਵੈਕੈਂਸੀ ਦਿੱਤੀ ਗਈ ਆ। ਅਤੇ ਕਈ ਡਿਪਾਰਟਮੈਂਟ ਦੇ ਬੀ ਦੀਆਂ ਵੀ ਪੀਟਰ ਪਲੱਸ ਨੂੰ ਦਿੱਤੀਆਂ ਗਈਆਂ ਨੇ। ਬਾਕੀ ਆ ਕਿ ਏ ਲੈਵਲ ਦੀ ਜਿੰਨੀਆਂ ਵੀ ਵੈਕੈਂਸੀਆਂ ਜੀ ਉਹ ਸਾਰੀਆਂ ਹੀ ਪੀ ਪੀ ਐੱਸ ਸੀ ਤੋਂ ਅੰਦਰ ਆਈਆਂ ਨੇ। ਅਤੇ ਜਲਦੀ ਇਹਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲ ਜੂਗਾ ਜੀ। ਅਤੇ ਬਾਕੀ ਆ ਕਿ ਇਹਨਾਂ ਦੀ ਸੰਬੰਧਿਤ ਵੈਬਸਾਈਟ ਤੁਸੀਂ ਚੈੱਕ ਕਰਦੇ ਰਹੋ, ਅੱਜ ਵੀ ਜਿਹੜੀ ਨੋਟੀਫਿਕੇਸ਼ਨ ਦੱਸਿਆ ਗਿਆ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਵੀ ਵੈਕੈਂਸੀਆਂ ਦੱਸੀਆਂ ਗਈਆਂ ਸੀ ਜੀ। ਅਤੇ ਤੁਸੀਂ ਚੈੱਕ ਕਰਦੇ ਰਹੋ, ਆਪਣੀ ਤਿਆਰੀ ਕਰਦੇ ਰਹੋ ਜੀ। ਬੈਸਟ ਆਫ ਲੱਕ ਸਭ ਨੂੰ।